ਨਾਜ਼ਰੀਨ, ਤੁਹਾਡਾ ਮੇਜ਼ਬਾਨ ਅਫਤਾਬ ਭੱਟੀ ਇਸਲਾਮਾਬਾਦ ਨਿਊਜ਼ ਦੇ ਪਲੇਟਫਾਰਮ ਤੋਂ ਹਾਜ਼ਰ ਹੈ। ਇੱਕ ਤਾਂ ਗੱਲ ਕਰਾਂਗੇ, ਅੱਜ ਦਾ ਜਿਹੜਾ ਪਾਰਲੀਮੈਂਟ ਦਾ ਮੁਸ਼ਤਰਕਾ ਇਜਲਾਸ ਸੀ ਉਹਦੇ ਤੇ, ਤੇ ਦੂਜੀ ਗੱਲ ਕਰਾਂਗੇ ਜਿਹੜੀ ਸ਼ੇਰ ਅਫਸਰ ਮਲਬਤ ਨੇ ਖਾਚ ਮਾਰੀ ਹੈ ਜਾਂ ਜਿਹੜੀ ਉਸ ਕੋਲੋਂ ਚਵਲ ਵੱਜ ਗਈ ਹੈ। ਉਹ ਬਹਰਹਾਲ ਉਸ ਆਪਣੇ ਚਵਲ ਤੇ ਉਸ ਖੱਚ ਤੇ ਅਜੇ ਵੀ ਉਹ ਕਾਇਮ ਹੈ। ਤੇ ਪਹਿਲੇ ਜ਼ਰਾ ਪਾਰਲੀਮੈਂਟ ਦੇ ਇਜਲਾਸ ਤੇ ਕਰਨੇ ਹੈਗਾ। ਪਾਰਲੀਮੈਂਟ ਦਾ ਜਿਹੜਾ ਅੱਜ ਇਜਲਾਸ ਸੀ ਉਹ ਵੀ ਉਸੇ ਤਰ੍ਹਾਂ ਦਾ ਰਵਾਇਤੀ ਇਜਲਾਸ ਸੀ ਜਿਸ ਤਰ੍ਹਾਂ ਦੇ ਸਾਬਕਾ ਰਵਾਇਤੀ ਇਜਲਾਸ ਹੋਏ। ਲੇਕਿਨ ਇਹ ਵੇਖ ਕੇ ਇਹਦੇ ਵਿੱਚ ਜਿਹੜੀ ਅਪੋਜੀਸ਼ਨ ਹੈ ਉਹ ਸੁੰਨੀ ਇਤਿਹਾਦ ਪਲੱਸ ਆਜ਼ਾਦ ਨੁਮਾਇੰਦਗਾਨ ਮਾਈਨਸ ਤਰੀਕੇ ਇਨਸਾਫ ਉਹਨੇ ਬੜਾ ਰੌਲਾ ਪਾਇਆ। ਉਹਨੇ ਜਨਾਬ ਅੱਜ ਪਾਰਲੀਮੈਂਟ ਉਹ ਕਿਵੇਂ ਪੰਜਾਬੀ ਚ ਆ ਦੇਣ ਨਾ ਕਿ ਕੀ ਕੋਠਾ ਸਿਰ ਤੇ ਚਾਇਆ ਯਾ ਲਾਲ ਗੱਤੀ ਆ, ਅੱਜ ਉਹਨਾਂ ਨੇ ਕੋਠਾ ਸਿਰ ਤੇ ਚਾਈ ਰੱਖਿਆ ਔਰ ਹਾਲ ਹਾਲ ਗੱਤੀ ਰੱਖੀ ਹੈ। ਇਹ ਕੋਈ ਨਵੀਂ ਗੱਲ ਨਹੀਂ ਹੈ। ਇਹ ਜਦੋਂ ਆਰਫ ਅਲਵੀ ਦਾ ਖਿਤਾਬ ਸੀ ਪਾਰਲੀਮੈਂਟ ਦਾ ਮੁਸ਼ਤਰਕਾ ਇਜਲਾਸ ਸੀ ਉਹਦੇ ਵਿੱਚ ਉਸ ਵਕਤ ਨੂਨ ਲੀਗ ਤੇ ਪੀਪਲਸ ਪਾਰਟੀ ਜਿਹੜੀ ਹੈ ਨਾ ਇਹਨਾਂ ਵੀ ਉਸ ਵਕਤ ਬਹੁਤ ਸ਼ੋਰਗੁਲ ਕੀਤਾ ਸੀ ਔਰ ਇਹਨਾਂ ਵੀ ਇੰਜ ਹੀ ਕੋਠਾ ਸਿਰ ਤੇ ਚਾਇਆ ਔਰ ਇਹਨਾਂ ਨੇ ਵੀ ਜਨਾਬ ਆਲ ਦੁਆਈ ਗੱਤੀ ਹੋਈ ਜਿਵੇਂ ਅੱਜ ਇਹਨਾਂ ਨੇ ਆਲ ਦੁਆਈ ਗੱਤੀ ਸੀ ਕਿ ਇਮਰਾਨ ਤੇਰੇ ਜਾਂ ਨਿਸਾਰ ਬੇਸ਼ੁਮਾਰ ਬੇਸ਼ੁਮਾਰ। ਤੇ ਇਹ ਜੇ ਇਹਨਾਂ ਨੇ ਇਸ ਤਰ੍ਹਾਂ ਹੀ ਹਾਲ ਹਾਲ ਉੱਥੇ ਗੱਤਣੀ ਹੈ। ਵੇਖੋ ਨਾ, ਪਾਰਲੀਮੈਂਟ ਐਸੀ ਜਗ੍ਹਾ ਹੈ ਜਿੱਥੇ ਆਵਾਮ ਦੇ ਮੁੰਤਖਬ ਨੁਮਾਇੰਦੇ ਜਾਂਦੇ ਨੇ ਔਰ ਉਹ ਆਇਨ ਸਾਜ਼ੀ ਕਰਦੇ ਨੇ, ਕਾਨੂੰਨ ਬਣਾਉਂਦੇ ਨੇ। ਅਤੇ ਜੇ ਕਾਨੂੰਨ ਬਣਾਉਣ ਵਾਲਿਆਂ ਦਾ ਰਵੱਈਆ ਇਸ ਤਰ੍ਹਾਂ ਦਾ ਹੋਵੇਗਾ ਕਿ ਇੱਟ ਕੁੱਤੇ ਦਾ ਵੈਰ ਹੋਵੇਗਾ ਉਹਨਾਂ ਦਾ ਇੱਕ ਦੂਜੇ ਨਾਲ ਔਰ ਉਹ ਗੱਲ ਵੀ ਨਹੀਂ ਸੁਣਨਗੇ, ਗੱਲ ਕਰਨ ਵੀ ਨਹੀਂ ਦੇਣਗੇ ਔਰ ਹਾਲ ਹਾਲ ਅਤੇ ਬੂਹੂ ਬੂਹੂ ਅਤੇ ਰੋਲਾ ਅਤੇ ਅਲਾ ਬਈ ਇਹ ਹੋ ਗਿਆ ਅਤੇ ਉਹ ਹੋ ਗਿਆ ਅਤੇ ਇਮਰਾਨ ਅਤੇ ਕਦੀ ਨਵਾਜ਼ ਸ਼ਰੀਫ ਅਤੇ ਕਦੀ ਜਿਹੜਾ ਬੁੱਟੋ ਆ ਜਾਂਦਾ। ਅਜੀਬ ਸਿਸਟਮ ਹੈ ਇਹ ਸਿਸਟਮ ਤਾਂ ਉਸੇ ਤਰ੍ਹਾਂ ਦੇ ਹੀ ਹੈ, ਇਹਦੇ 'ਚ ਤਾਂ ਕੋਈ ਤਬਦੀਲੀ ਨਹੀਂ ਆਈ। ਬਾਕੀ ਸ਼ਰਮ ਦਾ ਮਕਾਮ ਸਾਡੇ ਪਾਰਲੀਮੈਂਟੇਰੀਅਨ ਵਾਸਤੇ ਹੋਣਾ ਚਾਹੀਦਾ ਹੈ ਔਰ ਇਹ ਹੈ ਸ਼ਰਮ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ, ਇਹ ਬੇਸ਼ਰਮ ਲੋਕ ਨੇ। ਵੇਖੋ ਉੱਥੇ ਪਾਰਲੀਮੈਂਟ ਦੇ ਇਜਲਾਸ ਦੇ ਵਿੱਚ ਲਾਬੀ ਦੇ ਵਿੱਚ ਅੰਬੈਸੀਡਰ ਵੀ ਬੈਠੇ ਹੁੰਦੇ ਨੇ, ਹੋਰ ਵੀ ਦੂਸਰੇ ਲੋਕ ਬੈਠੇ ਹੁੰਦੇ ਨੇ, ਕਾਫੀ ਸਾਰੇ ਲੋਕ ਜਿਹੜੇ ਨੇ ਉਹਦੇ ਵਿੱਚ ਮੌਜੂਦ ਹੁੰਦੇ ਨੇ, ਡਿਪਲੋਮੈਟ ਵੀ ਹੁੰਦੇ ਨੇ। ਅਤੇ ਜਦੋਂ ਤੁਸੀਂ ਉਹਨਾਂ ਦੇ ਸਾਹਮਣੇ ਇਸ ਤਰ੍ਹਾਂ ਕਰੋਗੇ ਤਾਂ ਉਹ ਤੁਹਾਡੇ ਬਾਰੇ ਕੀ ਸੋਚਣਗੇ? ਅਤੇ ਦੂਜੀ ਗੱਲ ਇਹ ਵੀ ਕਿ ਦੁਨੀਆ ਦੇ ਵਿੱਚ ਕਿਸੇ ਮੁਲਕ ਦੇ ਵਿੱਚ ਵੀ ਇੰਝ ਨਹੀਂ ਹੁੰਦਾ, ਇਸ ਤਰ੍ਹਾਂ ਨਹੀਂ ਹੁੰਦਾ ਕਿ ਅਸੀਂ ਤੁਸੀਂ ਜਿਹੜਾ ਹੈ ਉਹ ਦੁਨੀਆ ਦੇ ਵਿੱਚ ਕਦੇ ਵੀ ਨਹੀਂ ਇਸ ਤਰ੍ਹਾਂ ਹੋਇਆ। ਕਿਸੇ ਮੁਲਕ ਦੇ ਪਾਰਲੀਮੈਂਟ ਇਜਲਾਸ ਮੁਸ਼ਤਰਕਾ ਇਜਲਾਸ ਦੇ ਵਿੱਚ ਲੋਕ ਬੜੀ ਖਾਮੋਸ਼ੀ ਨਾਲ ਸੁਣਦੇ ਨੇ ਕਿਉਂਕਿ ਸਦਰ ਜਿਹੜਾ ਹੈ ਉਹ ਪੂਰੇ ਮੁਲਕ ਦਾ ਹੁੰਦਾ ਅਤੇ ਉਹ ਜਦੋਂ ਖਿਤਾਬ ਕਰ ਰਿਹਾ ਹੁੰਦਾ ਔਰ ਲੋਕ ਬੜੇ ਗੌਰ ਨਾਲ ਸੁਣਦੇ ਨੇ ਔਰ ਬਕਾਇਦਾ ਵਕਫੇ ਵਕਫੇ ਨਾਲ ਕਲੈਪਿੰਗ ਵੀ ਕਰਦੇ ਨੇ। ਅਤੇ ਇੱਥੇ ਸਾਡੇ ਕੋਲ ਅੱਲਾ ਮਾਫ ਕਰੇ, ਇੱਥੇ ਤਾਂ ਹਲਕੇ ਕੁੱਤੇ ਆਕਣ ਪੈ ਜਾਂਦੇ ਨੇ। ਇਹ ਹੈਂਡ ਲਫ਼ਜ਼ ਬੜੇ ਘਟੀਆ ਨੇ ਜਿਹੜੇ ਮੈਂ ਇਸਤੇਮਾਲ ਕਰ ਰਿਹਾ, ਲੇਕਿਨ ਪੰਜਾਬੀ ਜਿਹੜੀ ਹੈ ਨਾ
ਇਹ ਹੈ ਹੀ ਇਸ ਤਰ੍ਹਾਂ ਦੀ, ਇਹ ਮਿੱਠੀ ਜ਼ਬਾਨ ਵੀ ਹੈ ਅਤੇ ਥੋੜ੍ਹੀ ਜਿਹੀ ਕੜਵੀ ਜ਼ਬਾਨ ਵੀ ਹੈ। ਅਤੇ ਦੂਸਰੀ ਗੱਲ ਇਹ ਵੀ ਕਿ ਜਿਹੜਾ ਉਹ ਸ਼ੇਰ ਅਫਜ਼ਲ ਮਰਵਤ ਨੇ ਉਹ ਚਵਲੀ ਮਾਰ ਬੈਠਾ ਸੀ, ਅਤੇ ਉਹ ਅੱਜ ਇਮਰਾਨ ਖਾਨ ਨੇ ਵੀ ਕਹਿ ਦਿੱਤਾ ਹੈ ਜੀ, ਔਰ ਪਾਰਟੀ ਪੂਰੀ ਨੇ ਕਹਿ ਦਿੱਤਾ ਹੈ ਜੀ ਕਿ ਜਿਹੜਾ ਸਾਊਦੀਆ ਹੈ ਉਹਦਾ ਰਜੀਮ ਚੇਂਜ 'ਚ ਕੋਈ ਕਿਰਦਾਰ ਨਹੀਂ ਹੈ। ਗੱਲ ਇਹ ਵੀ ਕਿ ਯਾਰ ਤੁਸੀਂ ਇਹ ਇਸ ਤਰ੍ਹਾਂ ਦੀਆਂ ਹਰਕਤਾਂ ਅਗਰ ਕਰੋਗੇ ਤਾਂ ਫਿਰ ਅਜੀਬ ਸਿਆਸਤਦਾਨ ਹੋਣਾ। ਜ਼ਾਹਿਰ ਇਹ ਜਿਹੜਾ ਬੰਦਾ ਇੱਕ ਇਸ ਲਫਜ਼ 'ਤੇ ਪਾਪੂਲਰ ਹੋਇਆ ਹੈ ਕਿ ਹਰਸ਼ਾ ਵੜ ਗਈ, ਅਤੇ ਅੱਜ ਉਹ ਖੁਦ ਵੇਖੇ ਕਿ ਉਹ ਖੁਦ ਵੜਿਆ ਪਿਆ ਔਰ ਉਹਨੂੰ ਆਪਣੀ ਪਾਰਟੀ ਔਰ ਆਪਣੇ ਲੀਡਰ ਨੇ ਵਾੜ ਦਿੱਤਾ ਹੈ। ਅਤੇ ਥੋੜ੍ਹਾ ਜਿਹਾ ਤਹਿਜ਼ੀਬ ਦੇ ਦਾਇਰੇ 'ਚ ਰਹਿ ਕੇ ਚੀਜ਼ਾਂ ਨੂੰ ਚਲਾਉਣਾ ਚਾਹੀਦਾ ਯਾਰ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਬਸ ਮੇਰੀ ਤਾਂ ਇਹ ਰਿਕੁਐਸਟ ਹੈ, ਅਤੇ ਇਹਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ ਅਤੇ ਮੁਰਸ਼ਦ ਆ ਮੇਰੇ ਜਿਹੜੇ ਵੇਖਣ ਵਾਲੇ ਨੇ ਜਾਂ ਸੁਣਨ ਵਾਲੇ ਨੇ ਉਹਨਾਂ ਨੂੰ ਇਹ ਰਿਕੁਐਸਟ ਹੈ ਕਿ ਅਗਰ ਮੇਰੀ ਵੀਡੀਓ ਪਸੰਦ ਆਵੇ ਜਾਂ ਮੇਰੀ ਗੱਲ ਚੰਗੀ ਲੱਗੇ ਤਾਂ ਇਹਨੂੰ ਲਾਈਕ ਵੀ ਕਰ ਦੇਣਾ, ਇਹਨੂੰ ਸਬਸਕ੍ਰਾਈਬ ਵੀ ਕਰ ਲੈਣਾ ਔਰ ਇਹਨੂੰ ਸ਼ੇਅਰ ਵੀ ਜ਼ਰੂਰ ਕਰਨਾ, ਤਾਂ ਕਿ ਮੇਰੀ ਟੁੱਟੀ ਫੁੱਟੀ ਜਿਹੜੀ ਇਹ ਗੁਫ਼ਤਗੂ ਹੁੰਦੀ ਹੈ ਤੁਹਾਡੇ ਕੋਲ ਟਾਈਮ 'ਤੇ ਪਹੁੰਚਦੀ ਰਹੇ।